हमरा जोर, हमरा जोर सब रहो मेरे भी, हमरा जोर सब रहो मेरे भी, माए बाप माए बाप पुत्र सब हार के किए, माए बाप पुत्र सब हार के किए, सब हार के किए, सपना को संबंध सपना को संबंध हर कर दिए, सपना को सन बंद हर कर दिए, हमरा जोर सब रहो मेरे भी, जो सब रहो मेरे भी, हर का तन मन हर का तन मन सब हर के वास है शरीर, हर का तन मन सब हर के वास है शरीर, हमरा जोर सब रहो मेरे भी, सब रहो मेरे भी, भगत जना को श्रद्धा उपहार लाए, भगत जना को श्रद्धा आप हर लाए, विचे ग्रस्त उदास रहाई,
बिचे ग्रस्त उदास रही। जब अंतर प्रीत हर्षो बनिया जब अंतर प्रीत हर्षो बनिया तब जो किछ करे सो मेरे हर प्रभु भाई। तब जो किछ करे सो मेरे हर प्रभु भाई। हमरा जोर सब रहो मेरे भी हमरा जोर सब रहो मेरे भी हमरा जोर सब रहो मेरे भी। जित कारे हम हर लाए कारे जितकारे हम हर लाए सो हम करें जे आप कराए। सो हम करें जे आप कराए। जिनकी भगत मेरे हर प्रभु भाई। जिनकी भगत मेरे ते जन नानक राम नाम लिव लाई।
जगनामिक राम नाम लिव लाई हमरा जो हमरा जो सब रहो है शरीर
ਰੱਬ ਦੀ ਪ੍ਰਭੂ ਦੀ ਹੋਂਦ ਨੂੰ ਨਾ ਕਬੂਲਣ ਵਾਲੇ ਲੋਕਾਂ ਲਈ ਗੁਰਬਾਣੀ ਗੁਰੂ ਵੱਲੋਂ ਇੱਕ ਸਵਾਲ ਹੈ, ਇੱਕ ਕੁਐਸਚਨ ਹੈ। ਕਹਿੰਦੇ ਨੇ ਇਹ ਸਾਰਾ ਅਡੰਬਰ ਇਸ ਸਾਰੇ ਪਰਿਵਾਰਿਕ ਰਿਸ਼ਤੇ ਇਸ ਸੰਸਾਰ ਦਾ ਸਾਰਾ ਤਾਣਾ ਬਾਣਾ ਅਸੀਂ ਤੁਸੀਂ ਸਾਰੇ ਉਸ ਤਾਣੇ ਬਾਣੇ ਦੀ ਇੱਕ ਇੱਕ ਤੰਦ ਹਾਂ। ਆਖਰ ਤਾਂ ਇਹ ਸੰਬੰਧ ਇੱਕ ਤੋਂ ਚੱਲੇ ਨੇ ਨਾ, ਤੇ ਉਹ ਸੰਬੰਧ ਜਿਹੜੇ ਪਹਿਲੇ ਨੇ ਉਹ ਤੂੰ ਤੇ ਮੈਂ ਨਹੀਂ ਬਣਾਏ, ਉਹ ਸੰਬੰਧ ਸੰਸਾਰ ਨੇ ਸਮਾਜ ਨੇ ਨਹੀਂ ਬਣਾਏ। ਕੁਝ ਐਸੇ ਵੀ ਸੰਬੰਧ ਨੇ ਜਿਹੜੇ ਸਮਾਜ ਬਣਾਉਂਦਾ, ਰਿਸ਼ਤੇ ਸਮਾਜ ਬਣਾਉਂਦਾ। ਪਰ ਇੱਕ ਖਿਆਲ ਕਰੇ, ਉਹ ਰਿਸ਼ਤੇ ਜਿਹੜੇ ਸਮਾਜ ਬਣਾਉਂਦਾ ਉਹ ਵੀ ਉਹਨਾਂ ਰਿਸ਼ਤਿਆਂ ਤੋਂ ਬਾਅਦ ਪੈਦਾ ਹੋਏ ਨੇ ਜਿਹੜੇ ਸੰਬੰਧ ਤੂੰ ਨਹੀਂ ਬਣਾਏ। ਜੇ ਮਾਂ ਹੈ ਤਾਂ ਨਾਨਕੇ ਨੇ, ਕੁਝ ਸਵਾਲ ਨੇ ਗੁਰਬਾਣੀ ਵਿੱਚੋਂ ਬੜੇ ਸੋਚਣ ਵਾਲੀਆਂ ਕੁਛ ਗੱਲਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ। ਜੇ ਮਾਂ ਹੈ ਤਾਂ ਨਾਨਕੇ ਨੇ, ਤਾਂ ਹੀ ਮਾਂ ਦੇ ਭਰਾ ਨੂੰ ਅਸੀਂ ਮਾਮਾ ਆਖਦੇ ਹਾਂ, ਮਾਂ ਦੇ ਪਿਤਾ ਨੂੰ ਅਸੀਂ ਨਾਨਾ ਆਖਦੇ ਹਾਂ। ਤੇ ਮਾਂ ਕਿਵੇਂ ਬਣੀ? ਤੂੰ ਉਹਦੇ ਘਰ ਪੈਦਾ ਹੋਇਆ? ਕੁਝ ਸਵਾਲ ਨੇ। ਤੇ ਤੈਨੂੰ ਉਹਦੇ ਘਰ ਪੈਦਾ ਕਰਨ ਦਾ ਸਾਧਨ ਉਹ ਜੀਉ, ਉਹਨੂੰ ਪੁੱਤਰ, ਜਿਸ ਭਲਾ ਆਪਣੀ ਮਰਜ਼ੀ ਨਾਲ ਤੂੰ ਆਉਣਾ ਹੁੰਦਾ, ਜਾਂ ਮਾਂ ਆਪਣੀ ਮਰਜ਼ੀ ਨਾਲ ਪੁੱਤਰ ਨੂੰ ਜਨਮ ਦੇਣ ਵਾਲੀ ਹੁੰਦੀ ਤੇ ਦੁਨੀਆਂ ਅੰਦਰ ਕੋਈ ਨਿਰਸੰਤਾਨ ਨਾ ਰਹਿੰਦਾ। ਕੁਝ ਸਵਾਲ ਨੇ। ਦੁਨੀਆਂ ਅੰਦਰ ਕੋਈ ਬੇ ਔਲਾਦ ਨਾ ਰਹਿੰਦਾ। ਹਜ਼ਾਰਾਂ ਲੋਕ ਨੇ ਐਸੇ, ਹਜ਼ਾਰਾਂ ਪਰਿਵਾਰ ਨੇ ਐਸੇ ਜਿਹੜੇ ਬੇ ਔਲਾਦ ਨੇ, ਤਰਸਦੇ ਨੇ ਕੋਈ ਸੰਤਾਨ ਹੋਵੇ। ਅਸੀਂ ਵੀ ਪਿਤਾ ਮਾਤਾ ਅਖਵਾਈਏ, ਕੋਈ ਸਾਨੂੰ ਮਾਂ ਜਾਂ ਬਾਪੂ ਆਖੇ, ਆਵਾਜ਼ ਸੁਣਨ ਲਈ ਤਰਸਦੇ ਨੇ। ਇਹ ਫਿਕਰਾ ਸਾਡੇ ਕੰਨੀ ਵੀ ਪੈ ਜਾਏ, ਕੋਈ ਸਾਨੂੰ ਮਾਂ ਆਖੇ, ਕੋਈ ਸਾਨੂੰ ਬਾਪੂ ਆਖੇ, ਤਰਸਦੇ ਨੇ ਹਜ਼ਾਰਾਂ ਲੋਕ। ਤੇ ਜਾਇਜ਼ ਨਜਾਇਜ਼ ਢੰਗ ਵਰਤਦੇ ਨੇ। ਥਾਂ ਥਾਂ ਸੁੱਖ ਨਾ ਸੁੱਖ ਰਹਿਣੇ, ਕਿਉਂ? ਕਿਉਂਕਿ ਬੇ ਔਲਾਦ ਨੇ। ਇਹਦਾ ਮਤਲਬ ਔਲਾਦ ਦਾ ਜਨਮ, ਸੰਤਾਨ ਦਾ ਜਨਮ ਮੇਰੀ ਜਾਂ ਤੁਹਾਡੀ ਮਰਜ਼ੀ ਤੇ ਨਹੀਂ। ਬਸ ਇਹੋ ਹੀ ਗੱਲ ਤਾਂ ਗੁਰੂ ਨੇ ਬਾਣੀ ਵਿੱਚ ਆਖੀ। ਮੈਂ ਜਦੋਂ ਬਾਣੀ ਦੀ ਖੋਜ ਵਿੱਚ ਜਾਂਦਾ ਨਾ, ਹਰ ਮਸਲੇ 'ਤੇ ਮੇਰੇ ਸਾਹਮਣੇ ਸਤਿਗੁਰੂ ਜਵਾਬ ਲਈ ਖੜ੍ਹੇ ਨੇ।
ਸਮਝਣ ਲਈ। ਇਸੇ ਗੱਲ ਦਾ ਜਵਾਬ ਤੇ ਗੁਰਬਾਣੀ ਨੇ ਮੈਨੂੰ ਦਿੱਤਾ ਤੇ ਗੁਰੂ ਆਖਦਾ ਮਾਏ ਬਾਪ ਪੁੱਤਰ ਸਭ ਹਰ ਕੇ ਕੀਏ ਤੇਰੀ ਮਰਜ਼ੀ ਤੇ ਨਹੀਂ, ਜੇ ਤੇਰੀ ਮਰਜ਼ੀ ਤੇ ਹੋਵੇ ਤਾਂ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ, ਸਾਰਾ ਕੁਛ ਦੁਨੀਆਂ ਦਾ ਇਕੱਠਾ ਕਰ ਲੈ, ਕਿਸੇ ਗੱਲ ਤੋਂ ਵਾਂਝਾ। ਪਰ ਕੋਈ ਨਾ ਕੋਈ ਘਾਟ ਦੁਨੀਆਂ ਦੇ ਹਰ ਮਨੁੱਖ ਦੇ ਝੋਲ ਵਿੱਚ ਹੈ। ਤੇ ਦੁਨੀਆਂ ਦਾ ਕੋਈ ਮਨੁੱਖ ਨਹੀਂ ਚਾਹੁੰਦਾ ਮੇਰੇ ਕੋਲ ਕੋਈ ਘਾਟ ਹੋਵੇ। ਗੁਰੂ ਕਹਿੰਦਾ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ, ਤਾਂ ਦੁਨੀਆਂ ਦਾ ਹਰ ਪਦਾਰਥ ਆਪਣੀ ਮੁੱਠੀ 'ਚ ਕਰ ਲਵੇ। ਪਰ ਇਹਦੇ ਹੱਥ ਵਿੱਚ ਹੀ ਨਹੀਂ। ਤੇ ਇਸੇ ਤਰ੍ਹਾਂ ਸੰਤਾਨ ਲਈ ਮਾਂ ਬਾਪ ਇਹਨੇ ਨਿਸ਼ਚਿਤ ਨਹੀਂ ਕੀਤੇ ਇਹ ਸੰਤਾਨ ਦੇ ਰੂਪ ਵਿੱਚ ਹੋਵੇ। ਪੁੱਤਰ ਨੇ ਕਦੀ ਮਾਂ ਬਾਪ ਨਿਸ਼ਚਿਤ ਨਹੀਂ ਕੀਤੇ ਕਿ ਮੈਂ ਫਲਾਣੇ ਦੇ ਘਰ ਜਨਮ ਲੈਣਾ। ਤਾਂ ਹਰ ਕੋਈ ਅਮੀਰਾਂ ਦੇ ਘਰ ਜਨਮ ਲੈ, ਕੱਖਾਂ ਦੀਆਂ ਕੁੱਲੀਆਂ ਵਿੱਚ ਵਸਣ ਵਾਲੇ ਲੋਕਾਂ ਦੇ ਘਰ ਵੀ ਸੰਤਾਨ ਹੁੰਦੀ। ਕਦੇ ਪੁੱਤਰ ਨੇ ਇਹ ਫੈਸਲਾ ਨਹੀਂ ਕੀਤਾ ਕਿ ਹੇ ਰੱਬ ਮੈਂ ਫਲਾਣੇ ਦੇ ਘਰ ਜਨਮ ਲੈਣਾ। ਤੇ ਕਦੇ ਮਾਂ ਬਾਪ ਨੇ ਇਹ ਫੈਸਲਾ ਨਹੀਂ ਕੀਤਾ ਮੈਨੂੰ ਫਲਾਣਾ ਪੁੱਤਰ ਹੈ, ਉਹ ਜਾਂ ਪੜ੍ਹਿਆ ਲਿਖਿਆ ਹੈ, ਉਹਦਾ ਆਗਿਆਕਾਰ ਪੁੱਤਰ ਚਾਹੀਦਾ। ਆਖਰ ਇਹ ਰਿਸ਼ਤੇ ਕੌਣ ਪੈਦਾ ਕਰਦਾ? ਜਿੰਦੇ ਤੋਂ ਅਗਾਂਹ ਰਿਸ਼ਤਿਆਂ ਦਾ ਬੜਾ ਵੱਡਾ ਅਡੰਬਰ ਬਣਿਆ, ਮੈਂ ਇੱਥੋਂ ਸ਼ੁਰੂ ਕੀਤਾ ਸੀ। ਤੇ ਗੁਰੂ ਨੇ ਜਵਾਬ ਦਿੱਤਾ, ਕਹਿੰਦੇ ਨੇ ਮਾਏ ਬਾਪ ਪੁੱਤਰ ਸਭ ਹਰ ਕੇ ਕੀਏ। ਇਹ ਪਹਿਲੇ ਤਿੰਨ ਰਿਸ਼ਤਿਆਂ ਦਾ ਨਾਮ ਲਿਆ ਨੇ, ਬਾਕੀ ਰਿਸ਼ਤੇ ਇਹਦੇ ਤੋਂ ਸ਼ੁਰੂ ਹੋਏ ਨੇ। ਮਾਂ ਬਾਪ ਤੋਂ ਨਾਨਕੇ ਦਾਦਕੇ ਸ਼ੁਰੂ ਹੋ ਗਏ, ਮਾਮੇ ਭੂਆ ਸ਼ੁਰੂ ਹੋ ਗਈਆਂ, ਅੱਗੇ ਜਾਲ ਫੜ ਗਿਆ, ਫਿਰ ਉਹਨਾਂ ਵਿੱਚ ਦੋਸਤੀ ਦਾ ਮਸਲਾ ਆ ਗਿਆ, ਮਿੱਤਰਤਾ ਨਾ ਆ। ਜੋ ਤੁਸੀਂ ਆਏ ਬੈਠੇ ਹੋ ਸਾਰੇ, ਇਹ ਕਿਸੇ ਰਿਸ਼ਤਿਆਂ ਦੇ ਬੰਧਨ ਵਿੱਚ ਬੰਨੇ ਹੋਏ ਆਏ ਹੋਏ ਹੋ। ਉਹ ਭਾਵੇਂ ਰਿਸ਼ਤਾ ਦੋਸਤੀ ਦਾ ਹੋਵੇ, ਭਾਵੇਂ ਕੋਈ ਪਰਿਵਾਰਕ ਬਰਾਦਰੀ ਦਾ ਹੋਵੇ, ਆਖਰ ਦੁਨੀਆ ਇੱਕ ਐਸੇ ਰਿਸ਼ਤਿਆਂ ਦੀਆਂ ਤੰਦਾਂ ਬਣ ਗਈ। ਗੁਰੂ ਨੇ ਬਾਣੀ ਵਿੱਚ ਹਰ ਗੱਲ ਦਾ ਜਵਾਬ ਦਿੱਤਾ। ਗੁਰੂ ਕਹਿੰਦੇ ਨੇ ਇਹਨਾਂ ਰਿਸ਼ਤਿਆਂ ਦਾ ਆਰੰਭ ਕਿੰਨੇ ਕੀਤਾ? ਤੂੰ ਤੇ ਮੈਂ ਨਹੀਂ, ਮਾਏ ਬਾਪ ਪੁੱਤਰ ਤੋਂ ਸ਼ੁਰੂ ਹੋਇਆ ਤੇ ਉਹ ਰਿਸ਼ਤਾ ਰੱਬ ਨੇ ਹਰੀ ਨੇ ਬਣਾਇਆ ਹੈ। ਮਾਏ ਬਾਪ ਪੁੱਤਰ ਸਭ ਹਾਰ ਕੇ ਕੀਏ। ਹੁਣ ਕੌਣ ਆਖੇਗਾ ਵੀ ਹਰੀ ਹੈ ਹੀ ਨਹੀਂ, ਰੱਬ ਹੈ ਹੀ ਨਹੀਂ? ਰੱਬ ਤੋਂ ਮੁਨਕਰ ਹੋਣ ਵਾਲੇ ਲੋਕਾਂ ਲਈ ਜਵਾਬ ਗੁਰੂ ਨਾਨਕ ਨੂੰ ਬਾਣੀ ਵਿੱਚ ਦੇ ਦਿੱਤਾ ਹੈ। ਕਹਿਣ ਲੱਗੇ ਮੈਂ ਪੁੱਛਣਾ ਮਾਏ ਬਾਪ ਪੁੱਤਰ ਸਭ ਹਰ ਕੇ ਕੀਏ, ਤੇ ਸਾਰਿਆਂ ਦੇ ਸੰਬੰਧ ਵੀ ਉਹਨੇ ਕਾਇਮ ਕਰ ਦਿੱਤੇ। ਪਤਨੀ ਤਾਂ ਚਲੋ ਤੂੰ ਨਿਸ਼ਚਿਤ ਕੀਤੀ ਜਾਂ ਸਮਾਜ ਨੇ ਨਿਸ਼ਚਿਤ ਕੀਤੀ, ਪਰ ਮਾਂ ਬਾਪ ਤਾਂ ਤੂੰ ਨਿਸ਼ਚਿਤ ਨਹੀਂ ਕੀਤਾ, ਨਾ ਮਾਂ ਬਾਪ ਨੇ ਤੈਨੂੰ ਨਿਸ਼ਚਿਤ ਕੀਤਾ। ਸਭਨਾਂ ਕੋ ਸੰਬੰਧ ਹਰ ਕਰ ਦਈਏ, ਹਰੀ ਨੇ ਸਾਰਿਆਂ ਦੇ ਰਿਸ਼ਤੇ ਕਾਇਮ ਕਰ ਦਿੱਤੇ ਹੈਗਾ, ਉਹਦੇ ਵਿੱਚੋਂ ਰਿਸ਼ਤਿਆਂ 'ਚੋਂ ਰਿਸ਼ਤੇ ਬਣਦੇ ਗਏ। ਜਦੋਂ ਬਹੁਤ ਸਾਰੇ ਰਿਸ਼ਤਿਆਂ ਦਾ ਜਾਲ ਬਣ ਗਿਆ ਉਹਨੂੰ ਅਸੀਂ ਖਾਨਦਾਨ ਬਰਾਦਰੀ ਆਖ ਦਿੱਤਾ, ਹੋਰ ਰਿਸ਼ਤੇ ਬਣ ਗਏ, ਦੂਰ ਦੁਰਾਡੇ ਖਿਲਰ ਗਏ, ਉਹਨਾਂ ਨੂੰ ਆਪਣਾ ਸੰਸਾਰ ਬਣਾ ਲਿਆ। ਗੁਰਬਾਣੀ ਬੜਾ ਵਿਸ਼ਾਲ ਸਬਜੈਕਟ ਹੈ।
ਕਹਿੰਦੇ ਨੇ ਉਹਨਾਂ ਰਿਸ਼ਤਿਆਂ ਵਿੱਚ ਜ਼ਿੰਮੇਵਾਰੀਆਂ ਵਧਦੀਆਂ। ਸਭ ਤੋਂ ਪਹਿਲੇ ਰਿਸ਼ਤੇ ਸਨ ਮਾਂ ਦੇ ਅਤੇ ਬਾਪ ਦੇ, ਉਹਨਾਂ ਵਿੱਚੋਂ ਵੀ ਮਾਂ ਦਾ ਰਿਸ਼ਤਾ, ਕਿਉਂਕਿ ਉਹਨੇ ਆਪਣੇ ਜੀਵ ਤੇਰੇ ਜੀਵਨ ਦਾ ਆਰੰਭ ਕਰਨ ਵਿੱਚ ਸਭ ਤੋਂ ਜ਼ਿਆਦਾ ਸਮਾਂ ਮਾਂ ਨੇ ਬਿਤਾਇਆ ਹੈ। ਦਸ ਮਾਸ ਮਾਤਾ ਉਧਰ ਰੱਖਿਆ, ਦਸ ਮਹੀਨੇ ਮਾਤਾ ਨੇ ਆਪਣੇ ਜਿਸਮ ਵਿੱਚ, ਆਪਣੇ ਤਨ ਵਿੱਚ, ਆਪਣੇ ਪੇਟ ਵਿੱਚ ਸੰਭਾਲ ਕੇ ਤੈਨੂੰ ਰੱਖਿਆ, ਸੰਭਾਲ ਦਿੱਤੀ। ਪੁਰਾਤਨ ਜ਼ਮਾਨੇ ਦੇ ਦੋ ਲਫ਼ਜ਼ ਸਨ, ਪਿਤਾ ਨੂੰ ਕਾਲ ਆਖਦੇ ਸਨ, ਮਾਤਾ ਨੂੰ ਸੰਭਾਲ ਆਖਦੇ ਸਨ, ਕਿਉਂਕਿ ਉਸ ਸਮੇਂ ਦੀ ਸਾਡੀਆਂ ਰਵਾਇਤਾਂ ਮੁਤਾਬਕ ਪਿਤਾ ਕਾਲ ਨਾ ਕਾਲਦਾ, ਬਾਹਰ ਕਮਾਈ ਕਰਦਾ ਸੀ, ਕਾਲ ਨਾ ਕਾਲ ਨਹੀਂ, ਅਤੇ ਮਾਤਾ ਕੋਲ ਆ ਕੇ ਸੰਭਾਲਦਾ ਸੀ, ਉਹ ਸੰਭਾਲਦੀ ਸੀ। ਬਲਕਿ ਦੂਜਾ ਲਫ਼ਜ਼ ਬੜਾ ਪ੍ਰਚਲਿਤ ਸੀ, ਪਿਤਾ ਨੂੰ ਰਾਸ਼ਨ ਆਖਦੇ ਸਨ, ਪੁੱਤਰ ਅਤੇ ਮਾਂ ਨੂੰ ਰੋਟੀ ਆਖਦੇ ਸਨ। ਰਾਸ਼ਨ ਲਿਆ, ਰੋਟੀ ਨੇੜੇ ਸਭ ਤੋਂ ਰੋਟੀ ਆਉਂਦੀ ਹੈ ਕਿ ਰਾਸ਼ਨ? ਬਹੁਤ ਸਾਰੀਆਂ ਗੱਲਾਂ ਜਦੋਂ ਮੈਂ ਹੈਰਾਨ ਹੁੰਦਾ ਪੁਰਾਣੀਆਂ ਕਹਾਵਤਾਂ ਵਿੱਚੋਂ ਮੈਨੂੰ ਲੱਭ ਜਾਂਦੀਆਂ ਨੇ। ਪਿਤਾ ਨੂੰ ਰਾਸ਼ਨ ਆਖਦੇ ਸਨ, ਮਾਂ ਨੂੰ ਰੋਟੀ ਆਖਦੇ। ਉਸ ਰਾਸ਼ਨ ਦੀ ਰੋਟੀ ਤਾਂ ਮਾਂ ਨੇ ਬਣਾਉਣੀ ਹੈ, ਥਾਲੀ ਪਰੋਸ ਕੇ ਤੇਰੇ ਮੂੰਹ ਵਿੱਚ ਲੁਕਮਾ ਗ੍ਰਾਹੀ ਤਾਂ ਮਾਂ ਨੇ ਦੇਣੀ ਹੈ। ਐਸਾ ਰਿਸ਼ਤਾ ਗੁਰੂ ਨੇ ਵੀ ਬਾਣੀ ਅੰਦਰ ਇੱਕ ਹਰ ਗੱਲ ਦਾ ਜਵਾਬ ਦੇ ਦਿੱਤਾ। ਮੈਂ ਹੈਰਾਨ ਹੁੰਦਾ, ਗੁਰੂ ਕਹਿੰਦੇ ਨੇ ਮਾਤਾ ਪ੍ਰੀਤ ਕਰੇ ਪੁੱਤ ਖਾਏ। ਮੈਂ ਰਿਸ਼ਤਿਆਂ ਤੇ ਜਿਸ ਰਿਸ਼ਤੇ ਦੀ ਯਾਦ ਵਿੱਚ ਆਪ ਜੁੜ ਬੈਠੇ ਹੋ ਉਹਦੇ ਸੰਬੰਧ ਵਿੱਚ ਕੁਛ ਕਹਿਣਾ ਚਾਹੁੰਦਾ, ਅਤੇ ਕਹਿਣਾ ਚਾਹੁੰਦਾ ਗੁਰਬਾਣੀ ਵਿੱਚੋਂ। ਗੁਰੂ ਆਖਦੇ ਨੇ ਮਾਤਾ ਪ੍ਰੀਤ ਕਰੇ ਕਿ ਪੁੱਤ ਖਾਏ, ਉਹਦੇ ਮਨ ਦੀ ਇੱਛਾ ਹੈ ਮੇਰਾ ਪੁੱਤਰ ਖਾਏ। ਪੁਰਾਣੀਆਂ ਕਹਾਵਤਾਂ ਨੇ ਹਰ ਇੱਕ ਚੀਜ਼ ਨੂੰ ਆਪਣੇ ਵਿੱਚ ਸਮੋ ਕੇ ਰੱਖਿਆ। ਲੋਕ ਆਖਦੇ ਸਨ ਪੁੱਤਰ ਦਾ ਪੱਜ ਅਤੇ ਮਾਂ ਦਾ ਰੱਜ, ਭਲਾ ਕਿਉਂ? ਇਹਦਾ ਮਤਲਬ ਇਹ ਨਹੀਂ ਕਿ ਮਾਂ ਪੁੱਤਰ ਦੇ ਪੱਜ ਨਾਲ ਬਹਾਨੇ, ਪੱਜ ਦਾ ਮਤਲਬ ਹੁੰਦਾ ਬਹਾਨਾ, ਆਪ ਖਾਂਦੀ ਹੈ, ਬਿਲਕੁਲ ਨਹੀਂ। ਇਹਦਾ ਮਤਲਬ ਸੀ ਕਿ ਪੁੱਤਰ ਦੇ ਖਾਣ ਦਾ ਤਾਂ ਇੱਕ ਬਹਾਨਾ ਹੈ, ਰੱਜ ਤੇ ਮਾਂ ਨੂੰ ਹੁੰਦਾ ਜਦੋਂ ਪੁੱਤਰ ਖਾ ਲੈਂਦਾ। ਗੁਰੂ ਨੇ ਵੀ ਬਾਣੀ ਵਿੱਚ ਆਖ ਦਿੱਤੀ ਮਾਤਾ ਪ੍ਰੀਤ ਕਰੇ ਪੁੱਤ ਖਾਏ। ਹਰ ਵਕਤ ਹਿਫਾਜ਼ਤ ਵਿੱਚ ਰੱਖਣਾ, ਸੰਭਾਲ ਕੇ ਰੱਖਣਾ, ਚੰਚਲ ਮਤ ਬਾਰਕ ਬੱਪੜੇ ਕੇ ਸਰਪ ਅਗਨ ਕਰ ਮੇਲੇ, ਮਾਤ ਪਿਤਾ ਕੰਠ ਲਾਏ ਰੱਖੇ ਅੰਧ ਸਹਿਤ ਤਪ ਖੇਲੇ। ਬਲਕਿ ਗੁਰਬਾਣੀ ਵਿੱਚ ਇੱਕ ਸ਼ਬਦ ਹੈ, ਮੈਂ ਹੈਰਾਨ ਹੁੰਦਾ ਰੱਬ ਨੂੰ ਵੀ ਮੁਖਾਤਬ ਕਰਕੇ ਇੱਕ ਐਗਜ਼ਾਮਪਲ ਦਿੱਤੀ ਗਈ ਹੈ। ਕਹਿੰਦੇ ਨੇ ਹੇ ਮੇਰੇ ਰੱਬ, ਮੈਂ ਚਾਹੁੰਦਾ ਕਿ ਤੂੰ ਮੇਰੀ ਮਾਂ ਵਰਗਾ ਬਣ ਬਣੀ। ਹੇ ਰੱਬ, ਮੈਂ ਚਾਹੁੰਦਾ ਤੂੰ ਮੇਰੀ ਮਾਂ ਵਰਗਾ ਬਣ ਕੇ ਵਿਖਾ, ਮੈਨੂੰ ਬੇਫਿਕਰੀ ਹੋ ਜਾਏ। ਮੈਂ ਤਾਂ ਗੁਨਾਹਗਾਰ ਹਾਂ, ਮੇਰੇ ਵਿੱਚ ਤਾਂ ਕਮੀਆਂ ਨੇ, ਮੈਂ ਤਾਂ ਅਨੇਕਾਂ ਅਪਰਾਧ ਕਰਨਾ, ਤੂੰ ਮੈਨੂੰ ਨਹੀਂ ਬਖਸ਼ੇਂਗਾ? ਜੇ ਨਹੀਂ ਬਖਸ਼ੇਂਗਾ ਤਾਂ ਇਹਦਾ ਮਤਲਬ ਤੇਰੇ ਨਾਲੋਂ ਮੇਰੀ ਮਾਂ ਚੰਗੀ ਹੈ, ਉਹ ਤਾਂ ਮੈਨੂੰ ਬਖਸ਼ ਦਿੰਦੀ ਹੈ। ਗੁਰਬਾਣੀ ਹੈ, ਮੈਂ ਚਾਹੁੰਦਾ। ਸਤਿਗੁਰੂ ਕਹਿੰਦੇ ਨੇ ਸੁੱਤ ਅਪਰਾਧ ਕਰਤ ਹੈ ਜੇਤੇ, ਜਿੰਨੇ ਅਪਰਾਧ ਗੁਣਾ ਗਲਤੀਆਂ ਗੁਸਤਾਖੀਆਂ ਪੁੱਤਰ ਕਰਦਾ ਹੈ, ਅਤੇ ਜੇ ਮਾਂ ਰੋਜ਼ ਉਹਨਾਂ ਦੀ ਲਿਸਟ ਬਣਾਉਣੀ ਚਾਹੇ ਤਾਂ ਦਿਹਾੜੀ ਵਿੱਚ ਕਿੰਨੀਆਂ ਕੁ ਗਲਤੀਆਂ ਦੀ ਲਿਸਟ ਬਣਾਏਗੀ? ਜਨਨੀ ਚੀਤ ਨਾ ਰੱਖ ਸਥਿਤੀ, ਉਹ ਭੁੱਲ ਜਾਂਦੀ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰੱਖ ਸਥਿਤੀ। ਰਾਮਈਆ, ਹੇ ਮੇਰੇ ਰੱਬ, ਹੋਂ ਬਾਰਕ ਤੇਰਾ, ਮੈਂ ਤੇਰਾ ਵੀ ਤਾਂ ਬੱਚਾ ਹਾਂ, ਕਾਹੇ ਨਾ ਖੰਡੇ ਸਭ ਗੁਣ ਮੇਰਾ।
तू मेरी गुस्ताखी गुनाह किवें नहीं बख्शेगा, नहीं बख्शेगा, तो फिर तेरे नालों मेरी मां चंगी गई। बख्शता दी एग्जाम्पल केडी खूबसूरत है। मैं तैनू अपने मां की उदाहरण दिती है, पर केडी अजीब गल है, इस शब्द न आखद अगली रहाओ की तुक अंदर एक बड़ी अजीब गल सामने रख दी। हे मेरे मालिक, तू रिश्ता बनाया है, उनके तू मेरा संसार बनया है। जे मां बाप पुत्र का रिश्ता ना होता, यह संसार का खिलारा, ये अडंबर सारा बरादरी का, रिश्तेदारियों का, परिवार का ना बनता, यह आरंभ ही उतों होया है। माए बाप पुत्र सब हर के किए, ते ए तू बनाया है। माए बाप पुत्र सब हर के किए, सबना को सन बंद हार कर दिए। ये संबंध बना प्यार भी पैदा कर देता, ममता भी पैदा कर देती। मैं जिथे प्यार होवे ममता होवे उथे विछोड़ा कदी नहीं चाहता, दुनिया का हर मनुख दे सुभा। जिथे प्यार होवे उथे विछोड़ा क्यों है? प्यार सब तो ज्यादा होवे मां पुत्र दा, कुर्बानी सब तो ज्यादा होवे मां दी पुत्र लई। सोचो आम रोजाना जीवन विचो साढ़े सामने सवाल ने, ते फिर विछोड़ा क्यों? कोई मां नहीं चाहेगी पुत्र दा विछोड़ा हो जाए, कोई पुत्र नहीं चाहेगा मां दा विछोड़ा हो जाए। प्यार आरंभ ही इत्थों होया, प्यार दी परिभाषा ही इत्थों शुरू हुई, ते फिर हो जांदा है। लो सवाल है, कोई मां नहीं चाहती पुत्र दा विछोड़ा हो, कोई पुत्र नहीं चाहता मां दा विछोड़ा हो, फिर हो जांदा है। पूरा जोर लाउंदिया लाउंदिया हो जांदा है। लो इहदा गल रहा, इस गल का जवाब रहा उहदी तुक विच है। कहन लगे केडी अजीब गल है दुनिया दे लोगो, यह रिश्ता मैं नहीं बनाया, मेरे रब ने बनाया। मां बाप माए बाप पुत्र संभाल के सबना को संबंध हार कर देंगे, रब ने बनाया। ते वो बड़ा सफल भी होया है। दुनिया अंदर कोई मां बाप ते पुत्र एक दूजे के दुश्मन नहीं बनते। जिन्हों दुश्मनी आखते ने वो अज के संसार की बदनीति है, नहीं बनते। पर एक ख्याल दिता ने, इस रिश्ते एक बड़ी वड्डी घाटे बन गई भी ना चाहते होया भी विछोड़ा हो जाता है। कि जोर नहीं लाउंदा, कोई पुत्र नहीं चाहता, ते ओ ताकत जिन्नी जिथों तक उनकी ताकत होंदी है, जोर नहीं लाउंदा भी मेरी मां मेरे तो ना विछड़े। दसो तीन जोर इकट्ठे हो जाते हैं, पुत्र दा जोर, परिवार दा जोर, वड्डे वड्डे डॉक्टर इकट्ठे किए, जिन्नी कु तुसी पढ़ाई की है, जो तुहाडा तजर्बा है उनका पूरा जोर ला दियो, मेरी मां बचनी चाहिए। मैं रोजाना जीवन की गल कर, गुरु ने बाणी विच आख्या है, वो भी अपना पूरा जोर ला दें।
कोई इंजैक्शन कोई मेडिसिन ऐसी जिहड़ी जिन्नी मर्जी कीमती होवे ओह वरत लो पर मेरी माँ बचनी चाहीदी उहदा मेरा विछोड़ा नहीं होना चाहीदा। पर ये सब कुछ हुंदिया फिर माँ क्यों विछड़ जांदी किवें विछड़ जांदी। श्री गुरु ग्रंथ साहब ने बाणी अंदर एक गल आखी हर गल का जवाब सू बाणी विचों मिलता है। गुरु कहते हैं जिसकी पूजे औद जिसकी पूजे औद तिसे कौन रखे सारे जोर लाई जाते मेडिसिन भी कीमती वरती गई डॉक्टर भी सियाने बुलाए गए परिवार ने भी पूरा जोर ला दिता पर गुरु ने एक जवाब दिता कहन लगे जिसकी पूजे औद तिसे कौन रखे जिंदा समा आ गया क्योंकि मां तू अपनी मर्जी नाल नहीं बनाई निश्चित कीती जिन्हें तेनू मां दिती है उन्दे हाथ विच है मैं कई बार हैरान होना बच्चे का जोर मां ते चल जाता है कई बार मां कुछ ना देना चाहे उनकी तौफीक ना होवे जा कोई होर कारण होवे ते बच्चा जरा जिद करे कुछ देर रोवे मां मजबूर हो जाती है दे दिंदी मां दे सामने जोर चल गया पिता दे सामने जोर चल जाता है चलता है। आप रोजाना जीवन देखने कई बार बच्चा जिद करे तो साड़ी तौफीक जा ना चाहत होने के बावजूद उनकी गल मन चाहिए जोर चल गया ना मां ते पुत्र का जोर चल गया पर मां बनाने वाले ते जोर नहीं चलिया जरा सोचना मां ते जोर चल गया मेरा जोर मां ते चलता है पर जिन्हें मैनू मां दिती है उन्दे ते मेरा जोर नहीं चलिया मैं आख्या सी मां मेरे को रहन दे हैं तू ही ते दिती है एथे एक लफ्ज है कह रही हमरा जोर हमरा जोर सब रहो मेरे वीर ओ मेरे वीर वीर तो भाव वीर ओ मेरे वीर मेरा हुन कोई जोर नहीं रहा कि मैं रख लवां मैं ते परिवारक भी जोर लाया मेरे डॉक्टरों ने भी जोर लाया मेरी मेडिसिन टीके इंजेक्शन ने भी जोर लाया पर मां मैं रख ना सकिया मेरे सारे जोर हार गए रह गए दा मतलब होंदा है हार गए क्यों हार गए क्योंकि मां मैं नहीं सी बनाई हर का तन मन सब हर के वस है शरीर जिन्ने शरीर ने जिन्ने मन ने मैं नहीं बनाए वो मेरे रब ने बनाए ने ते रब दे वास विच ने जदों मर्जी ले लो दुनिया दे वो लोग केडे मैनू कहना पैंदा अणजाण ने मूर्ख नहीं आखदा अणजाण ने जेडे रब दी होंद नू ही नहीं कबूलदे आखदे ने रब कोई है ही नहीं। ओ श्री गुरु ग्रंथ साहिब अगे सिर नहीं चुकांदे एवें पखंड करदे ने शीष निभाए क्या थी है जारी देख सुधे जाए
ਮੱਥਾ ਟੇਕਣ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਕੀ ਫਾਇਦਾ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਨਹੀਂ। ਗੁਰੂ ਆਖ ਰਿਹਾ ਹਰ ਕਾ ਤਨ ਮਨ ਉਹ ਹਰੀ ਕੌਣ ਹੈ, ਸਭ ਹਰ ਕੇ ਵਸ ਹੈ ਸਰੀਰ, ਹਮਰਾ ਜੋਰ ਸਭ ਰਹੋ ਮੇਰੇ ਵੀਰ। ਮੇ ਵੀਰਨ ਮੇਰਾ ਸਾਰਾ ਜੋਰ ਲੱਗ ਗਿਆ ਕਿ ਮੈਂ ਮਾਂ ਨੂੰ ਰੱਖ ਸਕਾਂ, ਨਹੀਂ ਰੱਖ ਸਕਿਆ। ਕਿਉਂ? ਕਿਉਂਕਿ ਉਹਨੂੰ ਮੈਂ ਨਹੀਂ ਸੀ ਬਣਾਇਆ, ਜਿਹਨੇ ਬਣਾਇਆ ਸੀ ਉਹ ਕੇ ਹਰ ਕਾ ਤਨ ਮਨ ਸਭ ਹਰ ਕੇ ਵਸ ਹੈ ਸਰੀਰ। ਹੁਕਮ ਤਾਂ ਉਹਦਾ ਆਇਆ, ਸਤਿਗੁਰੂ ਨੇ ਬਾਣੀ ਵਿੱਚ ਕਿਉਂ ਬਾਰ ਬਾਰ ਆਖਿਆ ਹੁਕਮ ਭਾਇਆ ਹੁਕਮ ਭਾਇਆ ਰਹਿਣਾ ਨਹੀਂ, ਹੁਕਮ ਭਾਇਆ ਰਹਿਣਾ ਨਹੀਂ ਤੁਰ ਫਾਟ ਚੀਰੇ ਕਿਰਤ ਪਿਆ ਪਰਵਾਨਾ ਲਿਖਿਆ। ਪਰਵਾਨਾ ਕਹਿੰਦੇ ਨੇ ਕਿਸੇ ਨੂੰ ਮੈਸੇਜ ਲਿਖ ਕੇ ਭੇਜਣਾ, ਚਿੱਠੀ। ਗੁਰਬਾਣੀ ਜਦੋਂ ਸਮਾਂ ਆਇਆ ਹੁਕਮ ਦੇ, ਰੱਬ ਦੇ ਹੁਕਮ ਨਾਲ, ਉਸ ਬਣਾਉਣ ਵਾਲੇ ਦੀ ਕਰਤੇ ਦੇ ਹੁਕਮ ਨਾਲ ਮੌਤ ਨੂੰ ਕਰਤੇ ਨੇ ਇੱਕ ਚਿੱਠੀ ਲਿਖਾਈ, ਅੱਜ ਮੇਰੀ ਚਿੱਠੀ ਲੈ ਜਾ। ਗੁਰਬਾਣੀ ਅੰਦਰ ਬੜੇ ਖੂਬਸੂਰਤ ਐਗਜ਼ਾਮਪਲ ਨੇ, ਆ ਮੇਰੀ ਚਿੱਠੀ ਲੈ। ਮੌਤ ਦੇ ਫਰਿਸ਼ਤੇ ਨੂੰ ਉਹ ਚਿੱਠੀ ਲਿਖਾਈ, ਕਿਰਤ ਪਿਆ ਪਰਵਾਨਾ ਲਿਖਿਆ। ਤੇ ਮੈਂ ਇੱਕ ਖੂਬੀ ਅਰਜ਼ ਕਰਾਂ, ਪਰਵਾਨਾ ਇਹਦਾ ਨਾਂ ਕਿਉਂ ਪਿਆ? ਪਰਵਾਨਾ ਉਹਨੂੰ ਕਹਿੰਦੇ ਨੇ ਜਿਹਨੂੰ ਮੰਨ ਲੈਣਾ ਹੋਵੇ, ਪ੍ਰਵਾਨ ਕਰਨਾ ਹੋਵੇ, ਜਿਹੜਾ ਮੋੜਿਆ ਨਾ ਜਾ ਸਕਦਾ ਹੋਵੇ। ਜਿਹੜਾ ਮੋੜਿਆ ਜਾ ਸਕਦਾ ਉਹ ਪਰਵਾਨਾ ਕਾਹਦਾ ਹੋਇਆ? ਇੱਥੇ ਲਫ਼ਜ਼ ਪਰਵਾਨਾ ਵਰਤਿਆ, ਪ੍ਰਵਾਨ ਹੋਇਆ। ਕਹਿਣ ਲੱਗੇ ਕਿਰਤ ਪਿਆ ਪਰਵਾਨਾ ਲਿਖਿਆ। ਫਿਰ ਕਹਿਣ ਲੱਗੇ ਅਗਲੇ ਪਾਸੇ ਬਾਹੁੜ ਹੁਕਮ ਨਾ ਹੋਈ। ਉਸ ਪਰਵਾਨੇ ਦੇ, ਉਸ ਹੁਕਮ ਦੇ ਲਿਖੇ ਜਾਣ ਤੋਂ ਬਾਅਦ ਕੋਈ ਹੋਰ ਹੁਕਮ ਨਹੀਂ ਚੱਲਦਾ। ਕੋਈ ਹੋਰ ਆਖੇ ਮੈਂ ਹੁਕਮ ਕਰਨਾ, ਜੋ ਰੱਬ ਨੇ ਹੁਕਮ ਕੀਤਾ ਉਹਨੂੰ ਮੋੜ ਲੈ, ਉਸ ਪਰਵਾਨੇ ਨੂੰ ਵਾਪਸ ਕਰ ਲੈ, ਹੋ ਸਕਦਾ। ਕਿਰਤ ਪਿਆ ਪਰਵਾਨਾ ਲਿਖਿਆ, ਬਾਹੁੜ ਹੁਕਮ ਨਾ ਹੋਈ। ਮੁੜ ਕੇ ਹੁਕਮ ਨਹੀਂ ਕੋਈ ਕਰ ਸਕਦਾ। ਹਾਂ, ਮੌਤ ਦਾ ਫਰਿਸ਼ਤਾ ਵੀ ਜਦੋਂ ਆਇਆ ਨਾ, ਉਹਨੇ ਆ ਕੇ ਉਹ ਹੁਕਮ ਪੜ੍ਹ ਕੇ ਸੁਣਾਇਆ, ਬਸ ਜੈਸਾ ਲਿਖਿਆ ਤੈਸਾ ਪੜ੍ਹਿਆ, ਲਫ਼ਜ਼ ਉੱਥੇ ਪੜ੍ਹਿਆ। ਉਹਨੇ ਵੀ ਆ ਕੇ ਜੀਵ ਨੂੰ ਆਖਿਆ ਮੈਂ ਇਹ ਹੁਕਮ ਲਿਖਿਆ ਨਹੀਂ, ਹੁਕਮ ਹੁੰਦਾ ਹੈ, ਪੜ੍ਹ ਕੇ ਸੁਣਾ ਰਿਹਾ। ਤੇ ਹੁਕਮ ਕੀ ਹੈ? ਚਲੋ ਸ਼ਿਤਾਬ ਛੇਤੀ ਚੱਲ, ਦੇਰ ਨਹੀਂ, ਕਿਸੇ ਦਾ ਜ਼ੋਰ ਨਹੀਂ ਚੱਲਿਆ, ਛੇਤੀ ਚੱਲ। ਸ਼ਿਤਾਬ ਦਾ ਮਤਲਬ ਹੁੰਦਾ ਛੇਤੀ, ਸ਼ਿਤਾਬੀ। ਚਲੋ ਸ਼ਿਤਾਬ, ਦੀਵਾਨ ਬੁਲਾਇਆ, ਮਾਲਕ ਨੇ ਬੁਲਾਇਆ, ਹੁਕਮ ਹੁੰਦਾ ਮੇਰਾ ਨਹੀਂ। ਚਲੋ ਸ਼ਿਤਾਬ, ਦੀਵਾਨ ਬੁਲਾਇਆ, ਚੱਲ ਦਰ ਹਾਲ ਦੀਵਾਨ ਬੁਲਾਇਆ, ਹੁਣੇ, ਦੇਰ ਨਹੀਂ ਕਰਨੀ। ਦਰ ਹਾਲ ਦਾ ਮਤਲਬ ਹੁੰਦਾ ਹੁਣੇ, ਸ਼ਤਾਬੀ ਦਾ ਮਤਲਬ ਹੁੰਦਾ ਜਲਦੀ, ਦਰ ਹਾਲ ਦਾ ਮਤਲਬ ਹੁਣੇ। ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗੇ ਕਾ ਆਇਆ। ਇਹ ਫੁਰਮਾਨ ਦਰਗਾਹ ਦਾ ਹੈ, ਮੇਰਾ ਨਹੀਂ। ਬਹੁਤ ਦਾ ਫਰਿਸ਼ਤਾ ਵੀ ਇਹ ਗੱਲ ਕਹਿੰਦਾ ਹੈ,
किरत पाया परवाना लिखिया बाहुड़ हुक्म न हो जैसा लिखिया तैसा पढ़िया मेट न सकता कोई कोई उनका लिखिया मैं पढ़ के सुना रहा मेरे को यह हक नहीं मैं एक अखर भी मेट दिया मेट न सके कोई ये तो जुकुन दे हुक्म मुताबक है हरी नाए ने डडरी पक्की वडन हार लै लै दात पोहते ले लावे कर तैयार जा हुआ हुक्म किसान दा जद उनका हुक्म होया तालुन मनिया खेतार उस वक्त जाती चल गई हुण कोई अपना जोर चलाना चाहे उत्थे नहीं चलदा इसलिए आखे असा जोर ना ही जे कुछ कर सके सब को तेरे जोर करता सब को तेरे जोर विच है जोर ना सुरती ज्ञान विचार जोर ना जुगती छुटा संसार जे जोर दी कोई जुगत हुंदी ता संसार दे लोग मौत मौत तो ही छुटकारा पा जांदे इनू खत्म कर देंदे रावण वर्गे कहंदे ने काल नूं पावे नाल बन लिया फिर भी चला गया जोर ना सुरती ज्ञान विचार जोर ना जुगती छुटा संसार फिर कहन लगे जिस हाथ जोर कर वेखे सोए जोर तो तेरे हाथ है करता सब को तेरे असा जोर नहीं जे कुछ कर हम सके साडा जोर इत्थे आके हार गया है कोई मां तो नहीं विछड़ना चाहता कोई भरा तो नहीं विछड़ना चाहता कोई संसार पर गुरु आखते ने किथे तेंडे मापिया किथे तेंडे मापिया जिनी तू जनी हो संसार दी एक कहानी ये बंतर साबित कर दे कि कोई करता है जिंदे हाथ जोर है वो कहने भोले लोग ने जेडे आखदे ने कोई करता है ही नहीं कोई रब है ही नहीं तू ही रब है जिसनू जिस मनुख नू तू रब आख रहा है भलिया उहदे कोलों पुछ के तेरा भी कोई विछड़िया है उहनू तू क्यों नहीं रोक सकिया गुरु ने बाणी अंदर बड़े कीमती फैसले किए ने और बड़े लॉजिक फैसले किए ने वो फैसले किए ने जेडे रहिंदी दुनिया तक अखां नाल देखे जा सकते ने कोई बदल नहीं सकता ते वो फैसला ये है माए बाप पुत्र सब हार के किए माए बाप पुत्र सब हार के किए सब नाम को संबंध सब नाम को संबंध हार कर दिए सपना का संबंध हार कर दिए हमरा जोर सब रहो मेरे जो सब रहो मेरे भी हर का तन मन हर का तन मन सब हर के वास है सरी
हर का तन मन हर का तन मन सब हार के वास है शरीर हमारा जोर सब रहो मेरे हमारा जोर सब रहो मेरे हमारा जोर सब रहो मेरे इस फुरमान इस परवाने दे सामने कोई जोर नहीं चलदा उस जोर ते गुरु ने बाणी विच इसे लिए आख दिता जिस ठाकर सो नाही चारा तां को कीजे सद नमस्कारा उन्दे हुकम परवाने दे सामने सिर चुकाना ही पैंदा है शुक्र मनाना ही पैंदा है भाणा लफज के कह के भी ए होई हुंदा है कि जो तैनू पावंदा है जो तेरा हुक्म है मैनू वो खुशी खुशी मनन दा सुभा बने इन्हां शब्दां नाल खिमा दा जा चुका फतेह बुलाओ वाहिगुरु जी का खालसा वाहिगुरु जी की फतेह।